अस्सलाम वालेकुम नाज़रीन, मैं सुजाद जानी। नाज़रीन अज असी आ गए हां एक मेडिकल स्टोर वाले नाल गल करांगे कि किस तरह के कस्टमर आ रहे हैं, मास्क किदां दे मांग रहे ने, ग्लव्स किन्ने क मांग रहे ने, सैनिटाइजर किन्ने क वेख रहे ने और की सूरत हाल है। सारे नाल आपां गलबात करांगे ते आजो इधर एक मिनट ठहरो ना जरा। माशाल्लाह कदे मंगनी ते चले लॉकडाउन दे भरा दा पिया यार, कितों मिलेगा मैनू अगर मैं लेना हो दार के कैश नहीं कैश रेल बाजार ते कैश ले लो तां दे देंदे ने कैश नहीं सी उधार लई दे उधार लई दे नहीं यार फिर भी सही दसो नहीं मिलदे कितों रेल बाजार मिलदे रेल बाजार वाले आ तुसी ते मास्क नहीं मिलदा उथों कितों नहीं यार लैणी आया सी कहंदे है नहीं महंगे बहुत दिंदे पे किन्ने उरे आ उधर पाइन ਤੁਹਾਡਾ ਨਾਂ ਕੀ ਵਿਕਾਸ ਵਿਕਾਸ ਹਾਂਜੀ ਪਾਇਣਾ ਗਾਹਕ ਨੇ ਇਹਨਾਂ ਨੂੰ ਮੈਂ ਬਾਹਰੋਂ ਰੋਕਿਆ ਇਹਨਾਂ ਦੀ ਕਮੀਜ਼ ਦਾ ਹੀ ਕੁਝ ਖਿਆਲ ਕਰ ਲਓ ਐਡੀ ਅੱਛੀ ਉਹਨਾਂ ਨੇ ਕਮੀਜ਼ ਪਾਈ N95 ਕਿਹੜਾ ਚਾਹੀਦਾ N95 ਮਾਸਕ ਤੇ ਉਹ ਕੀ ਕਹਿੰਦੇ ਹੈ ਨਹੀਂ 2000 ਰੁਪਏ ਦਾ ਦਿੰਦਾ ਤੇ 2000 ਪਾਇਣਾ ਸਸਤਾ 2000 ਰੁਪਏ ਦਾ ਮੈਂ 3000 ਰੁਪਏ ਦਾ ਲਿਆ ਸੀ ਅੱਜ ਤੋਂ 15 ਦਿਨ ਪਹਿਲੇ ਅੱਛਾ ਜੀ ਤੁਹਾਡੇ ਹਿਸਾਬ ਨਾਲ ਕਿੰਨੇ ਦਾ ਹੋਣਾ ਚਾਹੀਦਾ 5-400 ਰੁਪਏ ਦਾ 5-400 ਰੁਪਏ ਦਾ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਰੇਟ ਵਧੇ ਨੇ ਹਰ ਚੀਜ਼ ਦਾ ਇਹ ਮਾਸਕ ਹੋਣਾ ਹੈ ਜਿਹੜਾ ਇਸ ਤਰ੍ਹਾਂ ਦਾ ਜਾਂ ਕੋਈ ਵੀ ਦੂਣਾ ਤਿੰਨਾਂ ਦਿਨਾਂ ਰੇਟ ਹੋ ਗਿਆ ਹਾਂਜੀ ਹਾਂਜੀ ਲੋਕੀ ਤੁਹਾਨੂੰ ਆ ਕੇ ਬੁਰਾ ਭਲਾ ਕਹੀ ਜਾਂਦੇ ਯਾਰ ਮੈਡੀਕਲ ਸਟੋਰ ਵਾਲਾ ਡਬਲ ਬਹੁਤ ਗੰਦਾ ਤੁਹਾਨੂੰ ਕੀ ਪ੍ਰੋਬਲਮ ਨੇ ਇਸ ਕਰੋਨਾ 'ਚ ਤੁਹਾਨੂੰ ਰੇਟ ਵੱਲੋਂ ਕੀ ਪ੍ਰੋਬਲਮ ਆ ਰਹੀ ਹੈ ਰੇਟ ਵੱਲੋਂ ਜਨਾਬ ਜਿਹਨਾਂ ਕੋਲ ਸਰਜੀਕਲ ਮਾਸਕ ਆਪਣਾ ਪਿਆ ਨਾ ਮੌਜੂਦ ਜਿਹਨਾਂ ਦਾ ਸਟਾਕ ਕੀਤਾ ਉਹਨਾਂ ਦਾ ਆਪਣਾ ਹੀ ਰੇਟ ਆ ਠੀਕ ਹੈ ਨਾ ਓਪਨਲੀ ਕੋਈ ਬੰਦਾ ਵੀ ਜਾ ਕੇ ਮੰਗੇ ਨਾ ਮਾਰਕੀਟ ਤੁਸੀਂ ਚਲੋ ਜਾ ਕੇ ਮਾਰਕੀਟ ਜਿਹੜਾ ਸਰਜੀਕਲ ਦੀ ਸ਼ਾਪ ਨੂੰ ਮੈਨੂੰ ਮਾਸਕ ਦੇ ਦਿਓ ਸਰਜੀਕਲ ਤੁਹਾਨੂੰ ਨਹੀਂ ਦੇਏਗਾ ਅੱਛਾ ਉਹਨੇ ਦੇਣਾ ਸਿਰਫ ਜਿਸ ਬੰਦੇ ਨੂੰ ਉਹ ਜਾਣਦਾ ਉਸ ਬੰਦੇ ਨੂੰ ਉਹਨੇ ਬਲੈਕ ਕਰਕੇ ਦੇਣਾ ਓਕੇ ਕਿਉਂਕਿ ਉਹਨੂੰ ਪਤਾ ਇਹਨੇ ਮੇਰੇ ਖਿਲਾਫ ਕਾਰਵਾਈ ਨਹੀਂ ਕਰਾਉਣੀ ਓਕੇ ਸਹੀ ਹੈ ਨਾ ਉਹਨੇ ਅਣਜਾਣ ਬੰਦੇ ਅਣਜਾਣ ਬੰਦੇ ਨੂੰ ਕਿਸੇ ਨੂੰ ਦੇਣਾ ਉਹ ਮਿਲਦਾ ਸਰਜੀਕਲ ਮਾਸਕ ਹਰ ਜਗ੍ਹਾ ਮਿਲਦਾ ਲੇਕਿਨ ਤੁਹਾਨੂੰ ਦੱਸਾਂ ਉਹਨੇ ਜਾਣਦੇ ਬੰਦੇ ਨੂੰ ਦੇਣਾ ਅਣਜਾਣ ਬੰਦੇ ਨੂੰ ਕਿਸੇ ਨੂੰ ਦੇਣ ਫੇਸ ਮਾਸਕ ਨਹੀਂ ਦੇਣਾ ਕਿ ਪਤਾ ਨਹੀਂ ਕਿਹੜਾ ਬੰਦਾ ਹੋਵੇ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੌਣ ਕਾਰਵਾਈ ਕਰਵਾ ਦੇਵੇ ਹਾਂ ਇਸ ਕਰਕੇ ਅੱਛਾ ਜਿਹੜਾ ਆ ਆਮ ਨਾ ਆ ਜਿਹੜਾ ਮਾਸਕ ਆ ਇਹ ਪਹਿਲੇ ਕਿੰਨੇ ਦਾ ਸੀ ਹੁਣ ਕਿੰਨੇ ਤਕਰੀਬਨ 110-15 ਰੁਪਏ ਦਾ ਜਾਂ 120 ਰੁਪਏ ਦਾ 30 ਰੁਪਏ ਦਾ ਡੱਬਾ ਸੀ ਕਿੰਨੇ ਹੁੰਦੇ ਚ 50-20 ਯਾਨੀ ਕਿ 24-25 ਰੁਪਏ ਦਾ ਪੈ ਗਿਆ ਨਹੀਂ ਨਹੀਂ ਉਹ ਚੁੱਪ ਪੈਂਦਾ ਸੀਗਾ 5-3-4 ਰੁਪਏ ਦਾ ਮਸੀ ਪੈਂਦਾ ਹੁਣ 3-4 ਰੁਪਏ ਦਾ ਮੈਂ ਤੁਹਾਨੂੰ ਦੱਸਦਾ ਨਾ ਉਹੀ 100 ਅੱਛਾ 180 ਸੌਰੀ ਸੌਰੀ ਹਾਂਜੀ ਹਾਂਜੀ 50 ਪੀਸ 3.5 ਰੁਪਏ ਦਾ 3.5 ਹਾਂਜੀ 3.5 ਰੁਪਏ ਦਾ ਕਾਸਟ ਕਰਦਾ ਸੀ 3.5 ਰੁਪਏ ਦਾ ਹੁਣ ਕਿੰਨੇ ਦਾ ਤਾਂ ਵੇਚ ਰਿਹਾ ਹੁਣ ਆਮ ਜਿਹੜਾ ਵੇਚ ਰਿਹਾ 30-35 ਰੁਪਏ ਦਾ ਪੀਸ ਵੇਚ ਰਿਹਾ 100% ਜ਼ਿਆਦਾ ਹੋ ਗਿਆ ਜੀ ਕਿਉਂਕਿ ਮਸਲਾ ਕਿ ਤੁਹਾਨੂੰ ਦੱਸਿਆ ਜਿਹਦੇ ਕੋਲ ਚੀਜ਼ ਪਈ ਉਹਦਾ ਆਪਣਾ ਰੇਟ ਆ ਤੇ ਕਸਟਮਰ ਡਿਮਾਂਡ ਕਰਦਾ ਸਾਨੂੰ ਜੀ ਨੋਜ਼ ਪੈਨ ਵਾਲਾ ਹੀ ਚਾਹੀਦਾ ਸਰਜੀਕਲ ਮਾਸਕ ਹਾਂਜੀ ਦੂਸਰੇ ਲੋਕ ਵੀ ਦੂਸਰੇ ਵੀ ਲੈ ਕੇ ਜਾਂਦੇ ਆ ਇਹ ਵੀ ਵਿੱਚ ਲੈ ਕੇ ਜਾਂਦੇ ਜਿਹਨਾਂ ਨੂੰ ਇਹ ਖੁਆਇਸ਼ ਹੋਵੇ ਲੈ ਜਾਂਦਾ ਉਹ 20 ਰੁਪਏ ਦਾ 3-ply ਦਾ ਇਹ ਕੋ 35 ਰੁਪਏ ਦਾ ਇਹ 35 ਰੁਪਏ ਦਾ ਇਹ ਚ ਸਿਰਫ ਆ ਨੋਜ਼ ਪਿੰਨ ਹੋਣ ਦੀ ਵਜ੍ਹਾ ਨਾਲ ਨਹੀਂ ਨਹੀਂ ਇਹਦੀ ਕੁਆਲਿਟੀ ਦਾ ਹੀ ਫਰਕ ਆ ਹਾਂ ਇਹਦੀ ਕੁਆਲਿਟੀ ਦਾ ਹੀ ਫਰਕ ਆ ਉਹ ਮੈਂ ਯੂਜ਼ ਕੀਤਾ ਉਹ ਇੱਕ ਤੇ ਥੱਲੇ ਹੀ ਆਈ ਜਾਂਦਾ ਹਾਂਜੀ ਹਾਂਜੀ ਥੋੜੀ ਜਿਹੀ ਗੱਲ ਕਰੋ ਥੱਲੇ ਆ ਜਾਂਦਾ ਇਹ ਇਸ ਨਾ ਦੂਸਰੀ ਗੱਲ ਹੈ ਉੱਪਰੋਂ ਕਵਰ ਕਰ ਲੈਂਦਾ ਦੇਖੋ ਕਵਰ ਗੱਲ ਹੈ ਕੰਫਰਟੇਬਲ ਵੀ ਹੈ ਥੋੜਾ ਹਾਂ ਪੈਪ ਨਾ ਇਹਨੇ ਕਵਰ ਕਰ ਲੈਣਾ ਉਹ ਕਵਰ ਨਹੀਂ ਕਰਦਾ ਉਹ ਇੱਥੋਂ ਖਲਾ ਰੱਖਦਾ ਖਲਾ ਰੱਖਦਾ ਉਹਦੇ 'ਚ ਮਸਲਾ ਹੈਗਾ ਅੱਛਾ ਤੇ ਸੈਨੀਟਾਈਜ਼ਰ ਦਾ ਕੀ ਮਸਲਾ ਸੈਨੀਟਾਈਜ਼ਰ ਦਾ ਕੋਈ ਮਸਲਾ ਸੈਨੀਟਾਈਜ਼ਰ ਚੱਲ ਰਿਹਾ ਨਹੀਂ ਸੈਨੀਟਾਈਜ਼ਰ ਵੀ ਮਹਿੰਗਾ ਹੋ ਗਿਆ 300 ਰੁਪਏ ਦੀ ਇੰਨੀ ਕੁ ਬੋਤਲ ਆਉਂਦੀ ਸੈਨੀਟਾਈਜ਼ਰ ਵੈਸੇ ਜਿਹੜਾ ਓਰਿਜਨਲ ਪਹਿਲਾਂ ਡਟੋਲ ਕੰਪਨੀ ਬਣਾਉਂਦੀ ਸੀ ਇੱਕ ਵਿਟਾਮਿਨਸ ਕੰਪਨੀ ਬਣਾਉਂਦੀ ਸੀ ਠੀਕ ਹੈ ਇੱਕ ਕੰਪਨੀ ਦਾ ਸ਼ਾਇਦ ਮੇਰੇ ਖਿਆਲ ਮੇ ਵੀ ਹੋਰ ਸੀਗਾ ਬਸ ਤੋ ਆਮ ਤਾਂ ਪਤਾ ਹੀ ਨਹੀਂ ਸੀ ਸੈਨੀਟਾਈਜ਼ਰ ਹੁੰਦਾ ਕੀ ਚੀਜ਼ ਦਾ ਡਟੋਲ ਦਾ ਸੈਨੀਟਾਈਜ਼ਰ ਜ਼ਿਆਦਾ ਚੱਲਦਾ ਸੀ ਜਾਂ ਵਿਟਾਮਿਨਸ ਦਾ ਚੱਲਦਾ ਸੀ ਤੇ ਹੁਣ ਹੁਣ ਇਸ ਟਾਈਮ ਤਾਂ ਬਹੁਤ ਸਾਰੀਆਂ ਕੰਪਨੀਆਂ ਲਾਂਚ ਕਰਤੇ ਜਿਹੜੇ ਪਹਿਲੇ 5-10 ਦਿਨ ਸੀ ਬਹੁਤ ਸਾਰੇ ਆਏ ਲੇਕਿਨ ਹੁਣ ਬੈਕ ਹੋ ਗਏ ਅੱਛਾ ਤੁਸੀਂ ਇਹ ਦੱਸੋ ਕਿ ਜਦੋਂ ਪਿਛਲੇ 10 ਜਦੋਂ ਇਹ ਕਰੋਨਾ ਨਵਾਂ ਇਹਦੀ ਸ਼ਿੱਦਤ ਲੋਕਾਂ ਨੂੰ ਪਤਾ ਲੱਗਾ ਉਦੋਂ ਤੇ ਲੋਕੀ ਤੜਾ ਤੜ ਮਾਸਕ ਇਸ ਤਰ੍ਹਾਂ ਹੁਣ ਕੋਈ ਫਰਕ ਪੈ ਗਿਆ ਹੁਣ ਥੋੜਾ ਜਿਹਾ ਘਟ ਗਿਆ ਲੋਕ ਇਸਤੇਮਾਲ ਕਰਨਾ ਵੀ ਘਟ ਗਿਆ ਲੇਕਿਨ ਕੰਮ ਨਹੀਂ ਘਟਿਆ ਹਜੇ ਲੇਕਿਨ ਇਸਤੇਮਾਲ ਕਰਨਾ ਘਟ ਗਿਆ ਰੇਸ਼ੋ ਘਟ ਗਈ ਉਹਦੀ ਹਾਂਜੀ ਉਹ ਬਹੁਤ ਸਾਰਿਆਂ ਨੇ ਲੈ ਵੀ ਲਏ ਨਾ ਰੱਖ ਵੀ ਲੈ ਕਈਆਂ ਨੇ 100 ਪੀਸ ਘਰ ਰੱਖ ਲੇਕਿਨ ਬਹੁਤ ਲੋਕ ਯੂਜ਼ ਕਰਨਾ ਵੀ ਹਟ ਗਏ ਨਾ ਇਹਨੂੰ ਹਾਂ ਯੂਜ਼ ਕਰਨਾ ਵੀ ਹਟ ਗਏ ਯੂਜ਼ ਕਰਨਾ ਹਟ ਗਿਆ ਤੰਗ ਆ ਗਿਆ ਮੇਰੇ ਖਿਆਲ 15 ਦਿਨ ਲਾ ਇਜ਼ੀ ਹੋ ਗਏ ਲੋਕੀ ਇਜ਼ੀ ਹੋ ਗਏ ਉਹਨਾਂ ਨੇ ਕਿਹਾ ਇਹ ਤੇ ਪਤਾ ਨਹੀਂ ਕਦੋਂ ਮੁੱਕਣਾ ਤੇ ਕਦੋਂ ਅਸੀਂ ਤੇ ਇਜ਼ੀ ਹੋਈ ਹੈ ਲੇਕਿਨ ਗੱਲ ਆ ਕਿ ਹਜੇ ਮਸਲਾ ਕਿ ਹੈ ਕਰੋਨਾ ਦੀ ਮਸਲੇ ਦਾ ਸਾਰ ਨਜ਼ਰ ਆ ਰਿਹਾ ਬੰਦਾ ਦੱਸ ਲੇਕਿਨ ਲੋਕ ਨੇ ਸਾ ਯੂਜ਼ ਕਰਨਾ ਛੱਡਤਾ ਬਹੁਤ ਸਾਰੇ ਲੋਕਾਂ ਨੇ ਯੂਜ਼ ਕਰਨਾ ਛੱਡਤਾ ਲੋਕੀ ਇਜ਼ੀ ਹੋ ਗਏ ਨੇ ਇਜ਼ੀ ਹੋ ਗਏ ਨੇ ਅੱਛਾ ਤੇ ਤੁਸੀਂ ਵੀ ਦਿਹਾੜੀ ਲਾ ਰਹੇ ਜੇ ਜਾਂ ਤੁਹਾਨੂੰ ਪਿੱਛੋਂ ਮਹਿੰਗਾ ਮਿਲਦਾ ਮਾਸਕ ਨਹੀਂ ਨਹੀਂ ਅਸੀਂ ਦਿਹਾੜੀ ਨਹੀਂ ਲਾ ਰਹੇ ਸਾਨੂੰ ਪਿੱਛੋਂ ਹੀ ਮਹਿੰਗਾ ਮਿਲਦਾ ਬਾਕੀ ਸਾਡੇ ਕੋਲ ਅਸੀਂ ਮਿਸਾਲ ਕੋਈ ਚੀਜ਼ ਮਿਸਾਲ ਮਾਸਕ ਅਸੀਂ 20 ਰੁਪਏ ਦੇ ਦੇਣਾ ਸਾਨੂੰ ਮੇਰੇ ਖਿਆਲ 'ਚ 19 ਰੁਪਏ 'ਚ ਕਾਸਟ ਕਰਦਾ ਜਿਹੜਾ 3-ply ਦਾ ਦਿਖਾਈ ਇੱਕ ਮਿੰਟ 3-ply ਵਾਲਾ ਠੀਕ ਹੈ ਨਾ ਲੇਕਿਨ ਅਸੀਂ 20 ਰੁਪਏ 'ਚ ਸੇਲ ਕਰ ਰਹੇ ਹਾਂ ਅੱਛਾ ਤੁਸੀਂ ਆਵਾਮ ਨੂੰ ਇਹ ਦੱਸੋ ਕਿ ਆ ਦੇਖੋ ਇਹ 'ਚ ਸਿਰਫ ਨੋਜ਼ ਪਿੰਨ ਨਹੀਂ ਹੈ ਬਾਕੀ 3-ply ਆ ਡਾਈਨਾ ਲੱਗਾ ਹੋਇਆ ਅੱਛਾ ਇਹਦੇ 'ਚ ਇਹ ਪੈਪ ਜਿਹਾ ਹਾਂ ਪਿੰਨ ਨਹੀਂ ਹੈ ਜਿਹੜਾ ਇਸ ਤਰ੍ਹਾਂ ਕਰਕੇ ਫੜ ਲੈਂਦਾ ਹਾਂਜੀ
ਉਹ ਨਹੀਂ ਹੈਗਾ। ਅੱਛਾ ਇਹ ਦੱਸੋ ਜੀ ਜੀ ਆਵਾਮ ਨੂੰ ਕਿ ਮਾਸਕ ਲੈਣ ਲੱਗਿਆ 5-10 ਰੁਪਏ ਦੀ ਗੱਲ ਨਹੀਂ, ਲੇਕਿਨ ਕਿਹੜਾ ਐਸਾ ਮਾਸਕ ਆ ਜਿਹੜਾ ਤੁਹਾਨੂੰ ਜਿਸ ਮਕਸਦ ਵਾਸਤੇ ਤੁਸੀਂ ਪਾਇਆ ਤੁਹਾਡਾ ਉਹ ਮਕਸਦ ਟੋਟਲ ਪੂਰਾ ਕਰਦਾ? ਮਕਸਦ ਵੈਸੇ ਇਹ ਯੂਜ਼ ਕੀਤਾ ਜਾਵੇ ਤਾਂ ਸਹੀ, ਜਿਹੜਾ ਬੇਸਿਕਲੀ ਬਣਦਾ ਨਾ ਕਹਿੰਦੇ ਜੀ ਮਤਲਬ 995 ਬਣਦਾ, ਠੀਕ ਆ, ਲੇਕਿਨ ਕਈ ਕੁਝ ਲੋਕ ਮੈਂ ਤੁਹਾਨੂੰ ਦੱਸਦਾ ਨਾ ਇਸ ਕੈਟਾਗਰੀ ਚੋਂ ਗੱਲ ਕਰ ਰਿਹਾ, ਇਸ ਕੈਟਾਗਰੀ ਵਿੱਚ 3 ਰੁਪਏ, ਹਾਂ 3 ਪਲਾਈ ਦਾ ਲੈ ਕੇ ਯੂਜ਼ ਕਰਨ ਹੈ ਜਿਹੜਾ, ਹਾਂਜੀ 3 ਪਲਾਈ ਦਾ ਹੈ। ਓਕੇ, ਤੇ ਇਹਦੇ ਪਾਈਪ ਤਾਂ ਨਹੀਂ ਹੈਗਾ? ਇਹਦਾ ਪਾਈਪ ਨਹੀਂ, ਪਾਈਪ ਦਾ ਮਸਲਾ ਇਹੀ ਤੁਹਾਨੂੰ ਦੱਸਣਾ, ਇੱਥੋਂ ਕਵਰ ਕਰ ਜਾਂਦਾ, ਇਹ ਕਵਰ ਨਹੀਂ ਕਰਦਾ, ਬਸ ਬਾਕੀ ਹੈ ਈਜ਼ੀ ਹੈ, ਕੰਫਰਟੇਬਲ ਹੈ, 15 ਰੁਪਏ ਦਾ। ਹਾਂਜੀ 15 ਰੁਪਏ ਦਾ ਫਰਕ ਹੈ। ਓਕੇ, ਲੇਕਿਨ ਮੈਂ ਦੇਖਿਆ ਲੋਕਾਂ ਨੇ ਬਣੈਣ ਜੀ ਆਮ ਬਣੈਣ ਦੇ ਸੀਨ ਸੀ ਕੇ ਸਲਾਈਆਂ ਵੱਜੀਆਂ ਨੇ, ਸਾਈਡਾਂ ਦੇ ਰਪਟਾਂ ਲਾਈਆਂ ਨੇ, ਉਹ ਪਾਏ ਨੇ ਔਰ ਉਹ ਹਰ ਕਿਸੇ ਨੇ ਥੱਲੇ ਥੋੜੀ 'ਤੇ ਰੱਖਿਆ। ਹਾਂਜੀ ਹਾਂਜੀ, ਤੁਸੀਂ ਮਾਸਕ ਆਪ ਕਿਉਂ ਨਹੀਂ ਪਾਇਆ? ਮੇਰੀ ਤਬੀਅਤ ਨਹੀਂ ਕੋਈ ਸਹੀ ਸੀ, ਮੈਸ ਕਰੀ ਅੱਜ ਡਾਲਿਆਂ ਦਾ ਮੈਂ ਯੂਜ਼ ਕਰਦਾ, ਤੁਹਾਡੀ ਵਜ੍ਹਾ ਨਾਲ ਸਾਰਿਆਂ ਦੀ ਖਰਾਬ ਹੋ ਜਾਏ? ਨਹੀਂ ਨਹੀਂ ਕੁਛ ਨਹੀਂ ਹੁੰਦਾ, ਮੈਂ ਬਸ ਯੂਜ਼ ਕਰਨ ਲੱਗਿਆ ਸੀ ਹੁਣ ਆਪ। ਅੱਛਾ ਬਸ ਠੀਕ ਹੈ, ਸਰ ਬਾਕੀ ਨਿਜ਼ਾਮ ਠੀਕ ਚੱਲ ਰਿਹਾ? ਹਾਂਜੀ ਸ਼ੁਕਰ ਅੱਲਾ ਦਾ। ਇੱਦਾਂ ਤਾਂ ਨਹੀਂ ਨਾ ਵੀ ਤੂੰ ਕਰੋਨਾ ਮੁੱਕੇ ਤੇ ਤੂੰ ਲੈ ਲਵੇ? ਨਹੀਂ ਨਹੀਂ ਉਹ ਤਾਂ ਪਹਿਲਾਂ ਹੈਗੀ ਸਾਡਾ ਉੱਥੇ ਖੜੀ ਹੋ ਬਾਹਰ। ਅੱਛਾ ਪਹਿਲਾਂ ਹੀ? ਇਹਨਾਂ ਨੂੰ ਮੈਂ ਪਰਸਨਲੀ ਤੌਰ 'ਤੇ ਜਾਣਦਾ ਬੜੇ, ਇਹਨਾਂ ਕੋਲ ਮਾਸਕ ਜਿੰਨੇ ਮੈਂ ਲਏ ਨੇ ਔਰ ਪਹਿਲੇ ਵੀ ਕਾਫੀ ਸਾਰੀ ਇਹਨਾਂ ਦੇ ਨਾਲ ਗੁਫ਼ਤਗੂ ਮੇਰੀ ਇਸ ਮਸਲੇ 'ਚ ਹੋਈ, ਇਹਨਾਂ ਕੋਲ ਇਸ ਤੋਂ ਆਇਆ ਕਿਉਂਕਿ ਇਹਨਾਂ ਦੇ ਕੋਲ ਸਟਾਕ ਨੂੰ ਤਾਂ ਮੰਗਵਾ ਕੇ ਦਿੰਦੇ ਨੇ, ਜ਼ਾਹਰੀ ਬਾਤ ਆ ਜਦੋਂ ਮੰਗਵਾ ਕੇ ਦੇਣੇ ਨੇ ਉਦੋਂ ਫਿਰ ਜੋ ਰੇਟ ਪਿੱਛੇ ਮਾਰਕੀਟ ਦਾ ਆਇਆ ਉਹੀ ਤੁਹਾਡਾ ਹਿਸਾਬ ਕਿਤਾਬ ਹੁੰਦਾ। ਅੱਜ ਤਾਂ ਹੁਣ ਉਹ ਫਿਰ ਆ ਗਿਆ N95, ਇਹਨੇ ਲੈਣਾ ਨਹੀਂ N95। ਹਾਂਜੀ ਅਮੈਰੀਕਨ ਬੋਆਏ ਆਇਆ, ਜਰਾ ਮਿਲੋ ਇਹਨਾਂ ਨੂੰ। ਵਾਹ ਸਲਾਮ, ਕੀ ਹਾਲ ਹੈ? ਠੀਕ ਹੋ? ਪਾਪਾ ਕੇ ਸਾਥ ਆਏ ਹੋ? ਨਹੀਂ ਮਾਮੂ ਸਾਥ। ਯੇ ਮਾਮੂ ਹੈ? ਹਾਂਜੀ। ਮਾਸਕ ਤੁਮਨੇ ਵੀ ਨਹੀਂ ਪਹਿਨਾ, ਮਾਮੂ ਨੇ ਵੀ ਨਹੀਂ ਪਹਿਨਾ। ਲੈਣੇ ਕੋਈ ਲੈਣੇ ਆਏ ਹੋ? ਕਿਉਂ, ਕੌਨ ਸਾ ਲੈਣਾ ਹੈ? ਸਰ ਜੋ ਆਪਨੇ ਪਹਿਨਾ ਹੋ। ਤੋ ਯਾਰ ਯੇ ਤੋ ਲੈ ਲੈਣਾ, ਵੋ N95 ਢੂੰਡ ਰਹੇ ਆਪਕੇ ਮਾਮੂ, ਤੋ ਵੋ ਅਭੀ ਨਾ ਮਿਲੇਗਾ ਤੋ ਯੇ ਤੋ ਲੈ ਲੈਣਾ ਅਰਜ਼ੀ ਤੋਰ ਤੇ। ਯੇ ਦੇ ਦੋ ਨਾ। ਚਲੋ ਲਾਓ। ਯੇ ਲੋ। 120 ਰੁਪਏ ਕਾ ਹੈ, ਲੈ ਦੇ ਯਾਰ। 100 ਹੋਰ ਦੋ। ਕਿੰਨੇ ਦੀ ਦਿਹਾੜੀ ਲੱਗੀ? ਯੇ ਵਾਲਾ ਲੈਣਾ ਕਿ ਯੇ ਪਾਈਪ ਵਾਲਾ ਲੈਣਾ? ਯੇ ਵਾਲਾ। ਯੇ ਵਾਲਾ, ਯੇ ਲੋ। ਬਸ ਕੀ ਹੈ? ਔਰ ਕੁਛ ਨਹੀਂ। ਹੋਰ ਇਹਦੇ ਨਾਲ ਕੀ ਸਲਾਦ ਦੇ ਦਾਂ ਤੈਨੂੰ? ਚਟਨੀ ਨਹੀਂ, ਨਹੀਂ। ਜੀਵ ਜੀਵ ਸਾ ਲੱਗਦਾ ਹੈ। ਚਾਰ ਦੇ ਦਾਂ ਥੋੜਾ ਜਿਹਾ। ਅਜੀਬ ਲੱਗਦਾ ਹੈ। ਜੀਵ ਜੀਵ ਸਾ ਲੱਗ ਰਿਹਾ। ਕੀ? ਪਤਾ ਨਹੀਂ। 120 ਰੁਪਏ ਦਾ? ਹਾਂਜੀ। ਇਸ ਲਈ ਅਜੀਬ ਲੱਗ ਰਿਹਾ। 80 ਕਾ ਹੋਣਾ ਚਾਹੀਏ। 80 ਕਾ? ਚਾ ਦੇ ਯਾਰ ਇਹਨੂੰ 80 ਰੁਪਏ। 140 ਬਕਾਇਆ ਦੇ। ਚਲੋ 80, ਫਿਰ 10 ਕਾ ਹੀ ਦੇ ਦੋ। ਚਲੋ ਯੇ ਲੋ। ਇਤਨਾ ਕੰਮ ਕਰ ਦਿਆ, ਚਲੋ ਫਿਰ 10 ਕਾ ਦੇ ਦੋ। ਅਮੈਰੀਕਾ ਸੇ ਆਏ ਹੋ? ਹਾਂਜੀ। ਹਾਊ ਆਰ ਯੂ? ਯੂ ਸਪੀਕ ਇੰਗਲਿਸ਼? ਯੈਸ ਆਈ ਡੂ, ਆਮ ਵੈਰੀ ਫਲੂਐਂਟ ਇਨ ਇੰਗਲਿਸ਼। ਬਟ ਮੈਨੂੰ ਇੰਨੀ ਆਉਂਦੀ ਸੀ ਜਿੰਨੀ ਅੱਗੇ ਨਹੀਂ ਮੈਨੂੰ ਆਉਂਦੀ। ਚਲੋ ਆਓ। ਉਹ ਨਹੀਂ ਇੰਗਲਿਸ਼ ਮੇਂ ਬਾਤ ਕਰੋ ਟੋਟਲ ਮੇਰੇ ਸੇ। ਸਾਰੀ ਇੰਗਲਿਸ਼ ਮੇਂ ਬਾਤ ਆਤੀ ਹੈ ਤੁਮੇ? ਯੈਸ। ਟੋਟਲ? ਯੈਸ। ਆਪ ਕੀ ਹੈ? ਇਨਫੋਰਮੇਟਿਵ ਡੈਫੀਨੇਸ਼ਨ ਯੂ ਨੀਡ ਟੂ ਸਟਾਰਟ। ਯੈਸ ਆਈ ਯੂ ਯੂ ਸਟਾਰਟ। I've come to a pharmacy. Yes. To purchase a mask. Yes. And why are you here? Acha. Oh, mar tu hi koi mukh. Nahi, tu hi bolna hai. Tu itne medical store ko plan nu paya. What are you doing here? What are the, you are the doing of that at the table of the University of Punjab. You know, I can't believe you are the yes. I can't believe that you're working here. Har gaya. For such little money. Har gaya. ਇਹ ਬੇਟਾ ਇਹ ਇੰਗਲਿਸ਼ ਅੰਗਰੇਜ਼ਾਂ ਤੋਂ ਵੀ ਅੱਗੇ ਦੀ ਗੇਮ ਹੈ ਜਿਹੜੀ ਮੈਂ ਕਰ। ਨੋ ਇਟਸ ਨਾਟ। ਯੈਸ ਆਮ ਅ ਬੈਟਰ ਇੰਗਲਿਸ਼ ਸਪੀਕਰ ਦੈਨ ਯੂ। ਮੈਂ ਗੋਇੰਗ ਬੈਕ ਅਮਰੀਕਾ। ਯੈਸ। ਹੋ ਕਿਦੋਂ? 2 ਇਅਰਸ ਲੇਟਰ। 2 ਸਾਲ ਬਾਅਦ? ਯੈਸ। 2 ਇਅਰਸ ਲੇਟਰ? ਯੈਸ। ਓਕੇ, ਐਂਡ ਕਮ ਕਿਦੋਂ? ਆਇਆ ਕਿਦੋਂ? ਨੈਵਰ। ਅਮਰੀਕਾ ਕਮ ਪਾਕਿਸਤਾਨ? 8 ਮੰਥਸ ਅਗੋ। ਹਾਂ, ਸਮਝ ਆ ਰਹੀ ਹੈ? ਯੈਸ ਯੈਸ, 8 ਮੰਥ ਅਗੋ। ਯੈਸ। Okay, and how to feel in Pakistan? You ki mehsoos kar rahe hain the phir ke? Okay. Okay. Yes. Okay. Corona enjoy ho raha hai? Bahut zyada. Ghar mein base hue hain. Acha, chalo ye muh pe pehnne ke liye liya hai. Haan ji. To pehno. Muh pe pehnne ke liye, haath mein pehnne ke liye thoda liya hai. To bhai pehno na. To chalo bhi muh hi pehn le. 100 rupaye sit na lenge the. 100 rupaye? Ede ch large size nahi hunda. Nahi, ikko size hunda, free size hunda. ਆ ਗਿਆ ਇਹੀ ਵਾਲਾ। ਗੱਲਾਂ ਤੇਰੀਆਂ ਸਾਡਾ ਤੋਂ ਬਾਹਰ ਖਾਲੀ ਹੈ। ਨਹੀਂ, ਆ ਤੇ ਸਾਡਾ ਇੱਥੇ ਤੱਕ, ਤੇਰਾ ਇੱਥੇ ਤੱਕ ਹੈ। ਇਹੀ ਤੱਕ ਹੈ? ਨਹੀਂ, ਤੁਹਾਡਾ ਮੂੰਹ ਥੋੜਾ ਬੜਾ ਹੈ। ਥੋੜਾ ਸਾ? ਹਾਂ, ਜ਼ਿਆਦਾ ਨਹੀਂ। ਪੈਂਪਰ ਬਦੂ, ਪੈਂਪਰ ਬਾਂਧ ਲਓ। ਨਹੀਂ, ਉਹ ਬੋਲ ਛੋਟਾ ਮੁੰਡਾ। ਚਲੋ, ਗੋਡ ਬਲੈਸ ਯੂ, ਥੈਂਕ ਯੂ। ਯੂ ਟੂ। ਆਈ ਲਵ ਪਾਕਿਸਤਾਨ। ਆਈ ਡੂ ਟੂ। ਥੈਂਕ ਯੂ ਵੈਰੀ ਮਚ। ਆਈ ਡੂ ਟੂ ਟੂ। ਆਈ ਡੂ ਟੂ। I do too. I do too. I do too. ਜਦੋਂ ਕੋਈ ਕਹੇ ਨਾ I love Pakistan, ਉਹਨੂੰ ਕਹਿੰਦਾ I do too.
ਸਰ ਵਿਕਾਸ ਸਾਹਿਬ ਬਹੁਤ ਸ਼ੁਕਰੀਆ ਓਕੇ ਸਰ ਥੈਂਕ ਯੂ ਵੈਰੀ ਮੱਚ ਬਾਲ ਤੁਹਾਡੇ ਲਈ ਇਹ ਹੈ ਕਿ ਤੁਸੀਂ ਇਹ ਜਿਹੜਾ ਹਾਲਾਤ ਜਾ ਰਹੇ ਨਾ ਇਹਦੇ ਚ ਨਜਾਇਜ਼ ਗਰੀਬ ਆਦਮੀ ਦਾ ਫਾਇਦਾ ਨਹੀਂ ਚੁੱਕਣਾ ਨਹੀਂ ਨਹੀਂ ਇਨਸ਼ਾਅੱਲਾ ਤਾਂ ਨਜਾਇਜ਼ ਫਾਇਦਾ ਨਹੀਂ ਠੀਕ ਹੈ ਇਹ ਜ਼ਿਹਨ ਚ ਰੱਖਣਾ ਅੱਲਾਹ ਦਾ ਖੌਫ ਜ਼ਿਹਨ ਚ ਰੱਖਣਾ 24 ਘੰਟੇ ਇਨਸ਼ਾਅੱਲਾ ਤੇ ਕੋਈ ਜ਼ਕਾਤ ਜ਼ਕੂਤ ਨਹੀਂ ਮਾਸਕਾਂ ਦੀ ਕੱਢਦੇ ਤੁਸੀਂ ਨਹੀਂ ਨਹੀਂ ਕੱਢ ਦਿੱਤੀ ਜੀ ਉਹ ਤੁਹਾਡੇ ਕੋਲ ਦੂਜਾ ਸਮਾਨ ਵੀ ਹੁੰਦਾ ਸੇਫਟੀ ਵਗੈਰਾ ਆਈ ਹੈ ਹਾਂਜੀ ਕਿ ਉਹ ਕਰਦਾ ਨਹੀਂ ਨਹੀਂ ਤਾਂ ਬੰਦ ਹੈਗੇ ਖੁਦ ਕਰਨੀ ਨਹੀਂ ਆਉਂਦੀ ਨਾਲੇ ਮੈਂ ਖਤ ਰੱਖਿਆ ਹੋਇਆ ਤੂੰ ਖਤ ਰੱਖ ਅੱਜ ਕੱਲ੍ਹ ਮੋਬਾਈਲਾਂ ਦਾ ਦੌਰ ਹਾਲੇ ਵੀ ਖਤਾਂ ਦੇ ਚੱਲ ਰਿਹਾ ਹੁਣ ਮੈਸੇਜ ਰੱਖ ਤੂੰ ਹੈ ਸਹੀ ਅੱਛਾ ਉਹਦੇ ਵਿੱਚ ਹੀ ਮਾਰ ਦਿਓ ਦੋਵੇਂ ਮਾਰੇ ਦੌੜਾਂ ਲੱਗੀਆਂ ਤੁਹਾਡੇ ਕੈਮਰਿਆਂ ਦੀਆਂ ਅੱਛਾ ਕਿੰਨੀ ਡਿਊਟੀ ਹੈ ਤੁਹਾਡੀ ਇੱਥੇ 10 ਘੰਟੇ 10 ਘੰਟੇ 4 ਤੋਂ 2 ਮਾਸਕ ਯਾਰ ਆਪ ਕਿਸੇ ਨੇ ਮਾਸਕ ਨਹੀਂ ਪਹਿਨਾ ਯਾਰ ਪਹਿਨੇ ਹੋਏ ਅੱਧੀ ਉਤਾਰੇ ਆ ਯਾਰ ਉਹਨੇ ਤੇਰੇ ਸਿਰ ਦਾ ਪਾਇਆ ਤੂੰ ਆਪਣਾ ਪਾਉਣਾ ਹਰ ਬੰਦੇ ਨੇ ਆਪਣੇ ਮਾਸਕ ਦਾ ਜਵਾਬ ਦੇਣਾ ਅਭੀ ਪਹਿਨ ਲੈ ਅਭੀ ਮਾਸਕ ਪਹਿਨੋ ਮੇਰੇ ਸਾਹਮਣੇ ਇਹ 20 ਰੁਪਏ ਦੇ ਖਾਤੇ 'ਚ ਲਿਖ ਲਾ ਯਾਰ ਹੈ ਇਹ ਮੁਫਤੀ ਹੈ ਮੁਫਤੀ ਹੈ ਓਕੇ ਆ ਜਾਓ ਤੁਸੀਂ ਥੱਲੇ ਇੱਟਾਂ ਹੀ ਰੱਖ ਲਓ ਮਾੜਾ ਜਿਹਾ ਹੈ ਇੱਥੇ ਆ ਕੇ ਤਾਂ ਬੰਦਾ ਨਜ਼ਰ ਹੀ ਨਹੀਂ ਆਉਂਦਾ ਇੱਥੇ ਆ ਕੇ ਤਾਂ ਵਾਲਾਂ ਦਿੰਦਾ ਹੋਣਾ ਭਾਈ ਕਿੱਧਰ ਗਿਆ ਤੇਰਾ ਨਾਂ ਅਜ਼ੀਮ ਆ ਜੀ ਜੀ ਮਾਸ਼ਾਅੱਲਾ ਇੱਧਰ ਆ ਜਾਓ ਪਾਇਣ ਤੁਸੀਂ ਇੱਥੋਂ ਕੋਈ ਤਾਕਤ ਵਾਲੀ ਗੋਲੀ ਕੱਢ ਕੇ ਖਾ ਲਿਆ ਕਰੋ ਆਪੇ ਹੀ ਉਹਦਾ ਕਿਹੜਾ ਪੁੱਛਣਾ ਕਿਸੇ ਨੇ ਠੀਕ ਹੈ ਭਾਈ ਹੈ ਠੀਕ ਹੈ ਆ ਦੇਖ ਇਹਦੇ ਉੱਤੇ ਖੜਾ ਹੋ ਇੱਥੇ ਖੜਾ ਹੋ ਠੀਕ ਹੈ ਜੀ ਆ ਰਿਹਾ ਨਜ਼ਰ ਹੁਣ ਯੈਸ ਹੁਣ ਜਦੋਂ ਥੱਲੇ ਜਾਂਦਾ ਪਿੱਛੋਂ ਬੰਦਨ ਐ ਇਹ 2 ਬੈਂਚੀਆਂ ਲੈ ਕੇ ਨਾ ਪੈਰਾਂ ਨਾਲ ਬੰਨ ਲਾ ਇਹਨਾਂ ਦੇ ਨਾਲ ਹੀ ਤੁਰਿਆ ਕਰ ਇੰਨੇ ਕਰਕੇ ਚਲੋ ਜੀ ਕਰੋਨਾ ਵਾਇਰਸ ਕੀ ਵਜ੍ਹਾ ਸੇ ਕਾਊਂਟਰ 'ਚ ਫਾਸਲਾ ਰੱਖੇ ਗੁੱਡ ਯਾਰ ਬਹੁਤ ਅੱਛਾ ਗੁੱਡ ਯਾਨੀ ਲੋਕ ਇੱਥੇ ਰਹਿੰਦੇ ਨੇ ਇਸ ਤੋਂ ਜ਼ਿਆਦਾ ਅੱਗੇ ਨਹੀਂ ਹੁੰਦੇ ਵਰਨਾ ਅਗਰ ਤੁਸੀਂ ਇਹ ਨਾਂ ਰੱਖਿਆ ਹੁੰਦਾ ਲੋਕਾਂ ਨੇ ਤਾਂ ਨਾਲ ਲੱਗ ਜਾ ਕਰਨਾ ਗੁੱਡ ਬਹੁਤ ਅੱਛੇ ਵਿਕਾਸ ਭਾਈ ਥੈਂਕ ਯੂ ਨਹੀਂ ਕਿੱਧਰ ਨਿਕਲੀ ਕਰੋ ਅਸੀਂ ਨਿਕਲਿਆ ਘਰ ਯਤੀਮ ਬੱਚੇ ਨੇ ਇੱਕ ਬੇਟਾ ਇੱਕ ਮਾਂ ਵਾਲਾ ਉਹ ਵੀ ਸਾਲ ਹੋ ਗਿਆ ਘਰ ਬੈਠਾ ਹੋਇਆ ਹੈ ਧੀਆਂ ਗੁਜਰਾਂ ਵਾਲੇ ਨੇ ਉਹ ਭੁੱਖੀਆਂ ਉੱਤੇ ਪਈਆਂ ਮਰਦੀਆਂ ਨੇ ਮੈਂ ਇੱਥੇ ਸੜਕਾਂ 'ਤੇ ਮੰਗਣੀ ਪਈਆਂ ਸਿਧਿਆਂ ਦਾ ਪੈਸੇ ਸਿਧਿਆਂ ਦਾ ਅਤੇ ਉਹ ਮੈਂ ਅੱਜ ਗਈ ਹਾਂ ਅਤੇ ਉਹਨਾਂ ਕਿਹਾ ਜੀ ਤੁਸੀਂ ਬੇਨਦੀ ਅਤੇ ਪੈਸੇ ਲੱਭਦੇ ਨੇ ਤੁਹਾਨੂੰ ਨਹੀਂ ਦੇਣੇ 12-12 ਹਜ਼ਾਰ ਮਿਲਿਆ ਇਮਰਾਨ ਖਾਨ ਨੇ ਦਿੱਤਾ 12 ਹਜ਼ਾਰ ਨਹੀਂ ਦਿੱਤੇ ਅੱਲਾਹ ਦੀ ਕਸਮ ਨਹੀਂ ਦਿੱਤੇ ਉਹਨਾਂ ਕਿਹਾ ਜਾਓ ਤੁਹਾਨੂੰ ਨਹੀਂ ਦੇਣੇ ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਮੈਸੇਜ ਵੀ ਆਇਆ ਉਹਨਾਂ ਕਿਹਾ ਨਹੀਂ ਦੇਣੇ ਜਾਓ ਮੈਸੇਜ 2 ਹੁੰਦੇ ਆ ਪਹਿਲੇ ਮੈਸੇਜ ਆਉਂਦਾ ਕਿ ਤੁਹਾਡਾ ਰਜਿਸਟਰਡ ਹੋ ਗਿਆ ਦੂਜਾ ਮੈਸੇਜ ਇਹ ਹੁੰਦਾ ਕਿ ਹੁਣ ਤੁਸੀਂ ਪੈਸੇ ਲਿਆ ਤੁਹਾਨੂੰ 1 ਮੈਸੇਜ ਆਇਆ ਉਹਨਾਂ ਕਿਹਾ ਪੈਸੇ ਆ ਗਏ ਨੇ ਜਾ ਕੇ ਖਰੀਦੀ ਕਿਸੇ ਸਕੂਲ 'ਚ ਜਾ ਕੇ ਮਤਲਬ ਪੈਸੇ ਲੈ ਲਓ ਹਾਂ ਫਿਰ ਮੈਂ ਸੁਬਹ ਗਈ ਹਾਂ ਉਹਨਾਂ ਕਿਹਾ ਨਹੀਂ ਦੇਣੇ ਤੁਸੀਂ ਬੇਨਜ਼ੀਰ ਦੇ ਲੈਣ ਅੱਛਾ ਅੱਛਾ ਨਾਜ਼ਰੀਨ ਮੇਰੀ ਤੁਸੀਂ ਗੱਲ ਸੁਣੋ ਇੱਕ ਇਹ ਵੀ ਤਾਂ ਪ੍ਰੋਬਲਮ ਬਣਾ ਕਿ ਹੁਣ ਮਾੜੇ ਲੋਕ ਨੇ ਮੈਸੇਜ ਇਹ ਨਹੀਂ ਪੜ੍ਹੇ ਲਿਖੇ ਨਹੀਂ ਮੋਬਾਈਲ ਅੱਛਾ ਫਿਰ ਮੈਸੇਜ 1 ਆਏਗਾ ਤੁਹਾਨੂੰ ਤਾਂ ਇੱਦਾਂ ਹੋਏਗਾ ਦੂਜਾ ਆਏਗਾ ਤਾਂ ਇੱਦਾਂ ਹੋਏਗਾ ਤੁਸੀਂ ਪਲੀਜ਼ ਤੁਹਾਡੀ ਮਿਹਰਬਾਨੀ ਆ ਮੇਰੀ ਗੌਰਮੈਂਟ ਅੱਗੇ ਦਰਖਾਸਤ ਆ ਕਿ ਜਦੋਂ ਟੀਵੀ 'ਤੇ ਜਿਹੜੇ ਐਂਕਰ ਪੈਂਦੇ ਨੇ ਉਹ ਸਿਰਫ ਇੰਗਲਿਸ਼ ਉਰਦੂ ਹੀ ਨਾ ਝਾੜਨ ਕੋਈ ਪੰਜਾਬੀ ਵਾਲਾ ਵੀ ਐਂਕਰ ਰੱਖੋ ਜਿਹੜਾ ਇਮਰਾਨ ਖਾਨ ਸਾਹਿਬ ਤੁਸੀਂ ਮਾਸ਼ਾਅੱਲਾ ਬਹੁਤ ਜ਼ਿਆਦਾ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਤੁਸੀਂ ਇਹਨਾਂ ਲੋਕਾਂ ਦਾ ਖਿਆਲ ਕਰਦੇ ਜੇ ਲੇਕਿਨ ਇਹਨਾਂ ਦੀ ਲੈਂਗੁਏਜ ਦਾ ਵੀ ਤਾਂ ਖਿਆਲ ਕਰੋ ਨਾ ਇਹਨਾਂ ਨੂੰ ਇਹਨਾਂ ਦੀ ਜ਼ਬਾਨ 'ਚ ਸਮਝਾਓ ਨਾ ਟੀਵੀ 'ਤੇ ਕੋਈ ਬੈਠੇ ਐਂਕਰ ਜਿਹੜਾ ਪੰਜਾਬੀ 'ਚ ਕਵੇ ਕਿ ਮੇਰੀਆਂ ਮਾਵਾਂ ਭੈਣਾਂ ਸੁਣ ਲੈਣ ਵੀ ਤੁਹਾਨੂੰ ਮੋਬਾਈਲ 'ਤੇ ਮੈਸੇਜ ਆਏਗਾ ਇੱਕ ਜਦੋਂ 1 ਮੈਸੇਜ ਆਵੇ ਉਦੋਂ ਨਹੀਂ ਜਾਣਾ ਜਦੋਂ ਦੂਜਾ ਮੈਸੇਜ ਆਵੇ ਉਦੋਂ ਤੁਸੀਂ ਜਾਣਾ ਕੋਈ ਇੱਦਾਂ ਦਾ ਵੀ ਤਾਂ ਕਰੋ ਨਾ ਉਹਨਾਂ ਨੂੰ ਪਤਾ ਹੀ ਨਹੀਂ ਨਾ ਉਹਨਾਂ ਨੂੰ ਮੋਬਾਈਲ ਨਾ ਮੈਸੇਜ ਜੇ ਕਰ ਲੈਂਦੇ ਨੇ 1 ਮੈਸੇਜ ਉਹਨਾਂ ਲੈਣ ਚਲੇ ਜਾਂਦੇ ਨੇ ਅੱਗੋਂ ਦੂਜਾ ਆਵੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਾਰੇ ਐਂਕਰ ਦੇਖੇ ਜੇ ਕਰੋਨਾ ਜੇ ਤਾਂ ਯਾਰ ਕੋਈ ਉਹਨਾਂ ਦੀ ਲੈਂਗੁਏਜ ਉਹਨਾਂ ਦੇ ਆਓ ਉਹਨਾਂ ਦੇ ਲੈਵਲ 'ਤੇ ਆ ਕੇ ਵੀ ਸਮਝਾਓ ਨਾ ਇੱਕ ਬੰਦਾ ਗਰੀਬ ਆ ਪੜ੍ਹਿਆ ਲਿਖਿਆ ਨਹੀਂ ਉਹਦੇ ਘਰ ਹੈ ਨਹੀਂ ਅਤੇ ਉਹ MA ਜਾਂ MA ਤਾਂ ਨਹੀਂ ਉਹਨੇ ਕੀਤਾ ਹੋਣਾ ਤੁਹਾਡੀ ਲੈਂਗੁਏਜ ਸਮਝਣ ਲਈ ਕਿਰਾਏ 'ਤੇ ਰਹਿੰਦੇ ਆ ਬੇਵਾ ਬੇਟੀਆਂ ਨੇ ਯਤੀਮ ਨੇ ਉੱਥੇ ਬੈਠੀਆਂ ਨੇ ਕੁਝ ਨਾਲ ਉਹਨਾਂ ਦੇ ਕੋਲ ਖਾਣ ਨੂੰ ਨਹੀਂ ਮੋਬਾਈਲ ਹੈਗਾ ਨਹੀਂ ਮੇਰੇ ਕੋਲ ਨਹੀਂ ਹੁੰਦਾ ਮੈਸੇਜ ਕਰਨਾ ਹੁੰਦਾ ਨਹੀਂ ਮੈਨੂੰ ਨਹੀਂ ਆਉਂਦਾ ਮੈਸੇਜ ਪੜ੍ਹਨਾ ਹੁੰਦਾ ਮੇਰੀ ਬੱਚੀਆਂ ਨੂੰ ਪੜ੍ਹਨਾ ਹੁੰਦਾ ਤੁਸੀਂ 12 ਹਜ਼ਾਰ ਦੇ ਲਓ ਇਹਨਾਂ ਨੂੰ ਉਹ ਵੀ ਮੋਬਾਈਲ ਉਹਦੇ ਕੋਲ ਸੀ ਮੇਰੀ ਸਿਮ ਸੀ ਉੱਥੇ ਆਇਆ ਉਹ ਕੁਝ ਨਾਲ ਉੱਥੇ ਬੈਠੀ ਉਹਨੇ ਫਿਰ ਸਿਮ ਭੇਜਿਆ ਮੈਸੇਜ ਉਹਨੇ ਕਿਹਾ ਵੀ ਮੈਸੇਜ ਕਰਨੀ ਆ ਤੇ ਤੁਸੀਂ ਉਹਨਾਂ ਨੂੰ ਜਾ ਕੇ ਵਿਖਾ ਦਿਓ ਗੁਜਰਾਲੇ ਕਿੱਥੇ ਰਹਿੰਦੀਆਂ ਬੇਟੀਆਂ ਉਹ ਤੇ ਬੇਟੀਆਂ ਰਹਿੰਦੀਆਂ ਤੇ ਸਮਨਾਬਾਦ ਚੁੰਗੀ ਤੇ ਰਹਿੰਦੀਆਂ ਤੇ ਭੁੱਖੀਆਂ ਬੈਠੀਆਂ ਆਈਆਂ ਤੇ ਉਹਨਾਂ ਦੇ ਖਾਵੰਦ ਉਹਨਾਂ ਦੇ ਖਾਵੰਦ ਬੇਰੁਜ਼ਗਾਰੀ ਤੇ ਬੈਠੇ ਨੇ ਇੱਕ ਮਜ਼ਦੂਰ ਲੱਤਾਂ ਤੋਂ ਇੱਕ ਲੱਤ ਤੋਂ ਮਜ਼ਦੂਰ ਇੱਕ ਮਿਲ ਦਾ ਕੰਮ ਕਰਦਾ ਆਟੇ ਨਹੀਂ ਮੇਲੇ 'ਚ ਨਿੱਕੇ ਨਿੱਕੇ ਬੱਚੇ ਨੇ ਦੁੱਧ ਵਾਤੇ ਹੁਣ 3,000 ਰੁਪਈਆ ਮੈਂ ਇੱਥੋਂ ਮੰਗ ਕੇ ਭੇਜਿਆ ਦੱਸੋ ਕੀ ਕਰੀਏ ਕਿਹਨੂੰ ਰੋ ਕੇ ਵਿਖਾਵੀਏ ਦੱਸੋ ਤੁਸੀਂ ਇਹਨਾਂ ਲੋਕਾਂ ਨੂੰ ਰੋ ਕੇ ਰੋਜ਼ ਨਹੀਂ ਵਿਖਾਣ ਹੁੰਦਾ
ਸੁਸਾਂ ਰੋਡ ਤੇ ਆਉਂਦੇ ਆ, ਮੰਗ ਕੇ ਲੈ ਜਾਂਦੇ ਆ, ਬੱਚਿਆਂ ਦੇ ਖਰਾਜਾਤ ਪੂਰੇ ਕਰ ਲੈਂਦੇ ਆ। ਕੀ ਕਰੀਏ ਦੱਸੋ, ਰਾਸ਼ਾ ਨੇ ਕਹਿੰਦੇ ਨੇ ਗਰੀਬ ਬਣਦੇ ਨੇ, ਉਹ ਸਰਮਾਏਦਾਰ ਜਿਹੜੇ ਲੋਕੀ ਨੇ ਇਹਨਾਂ ਕੋਲ ਦੋ ਦੋ ਚਾਰ ਚਾਰ ਸੇਰ ਦਿੱਤਾ, ਉਹਨਾਂ ਕੱਖ ਨਹੀਂ ਦਿੱਤਾ। ਅਸੀਂ ਤਾਂ ਮਜਬੂਰ ਹਾਂ ਬੱਚਿਆਂ ਨੂੰ ਦੁੱਧ ਪਿਆਉਣ ਤੋਂ ਵੀ, ਉਹ ਵਿਚਾਰੀਆਂ ਮਜਬੂਰ ਨੇ। ਉਹਨਾਂ ਨੇ ਕਿਹਾ ਬੱਚਿਆਂ ਦਾ ਦੁੱਧ ਜਿਹੜਾ ਉਹ ਲਿਆ ਕਰਿਓ, ਨਿੱਕੇ ਨਿੱਕੇ ਬੱਚੇ ਨੇ, ਅਤੇ ਮੇਰੇ ਕੋਲ ਜੋ ਹੋਇਆ ਮੈਂ ਤੁਹਾਡਾ ਕਰਦੀ ਰਵਾਂਗੀ। ਇੱਥੇ ਘਰ ਕਿੱਥੇ ਆ? ਮੇਰਾ ਬੇਟਾ ਘਰ ਹੈ ਕਬਰਸਤਾਨ ਮੋੜ 'ਤੇ, ਮੈਂ ਕਿਰਾਏ 'ਤੇ ਰਹਿੰਦੀ ਹਾਂ। ਕਿਸੇ ਕੋਲ ਪੁੱਛ ਸਕਦੇ ਹੋ ਕਿ ਮੈਂ ਕਿਰਾਏ 'ਤੇ ਰਹਿੰਦੀ ਹਾਂ? ਇੱਕ ਮੇਰਾ ਬੇਟਾ ਕਮਾਉਣ ਵਾਲਾ, ਸਿਰਫ ਮੇਰਾ ਇੱਕ, 16,000 ਰੁਪਈਆ ਲੈਂਦਾ। ਮੈਂ ਉਹਦਾ ਕੀ ਕਰਾਂ, ਉਹ ਵੀ ਵਿਹਲਾ ਬੈਠਾ ਘਰ। ਹੁਣ ਜਦੋਂ ਇਹ ਕਰੋਨਾ ਤੋਂ ਪਹਿਲੇ ਫਿਰ ਵੀ ਚੱਲ ਰਿਹਾ ਸੀ ਸਿਲਸਿਲਾ? ਹਾਂ, ਮੈਂ ਉਹ ਫਿਰ ਵੀ ਮੈਂ ਆਪ ਖੁਦ ਕੰਮ ਕਰਦੀ ਸਾਂ, ਮੇਰਾ ਬਾਜ਼ੂ ਦਾ ਪੱਟਾ ਖਿੱਚ ਕੇ। ਤਾਂ ਹੁਣ ਮੇਰੇ ਕੋਲ ਨਹੀਂ ਕੰਮ ਨਹੀਂ ਆਉਂਦਾ, ਮੈਨੂੰ 6 ਮਹੀਨੇ ਹੋ ਗਏ ਨੇ ਮੇਰੇ ਕੋਲ ਨਹੀਂ ਕੰਮ ਆਉਂਦਾ। ਹੁਣ ਮੈਂ ਸਿਰਫ ਇੱਥੇ ਆ ਜਾਂਦੀ ਹਾਂ ਦੁਕਾਨਾਂ 'ਤੇ, ਕੋਈ ਮੈਨੂੰ ਥੋੜ੍ਹਾ ਬਹੁਤਾ ਕੋਈ ਦੇ ਦਿੰਦੇ ਨੇ, ਬਸ ਪੁੱਛੋ ਥੋੜ੍ਹਾ। ਇੰਨਾ ਮਜਬੂਰ ਕਰ ਦਿੱਤਾ, ਕੀ ਕਰਾਂ, ਕਿਹੜੇ ਪਾਸੇ ਜਾਵਾਂ? ਇਹ ਜਿਹੜਾ ਮੇਰੀ ਮਾਂ ਦਾ ਅੱਥਰੂ ਡਿੱਗਿਆ ਨਾ, ਇਹਦੀ ਕੀਮਤ ਦਾ ਅੰਦਾਜ਼ਾ ਲਾ ਸਕਦੇ ਕੁਛ? ਕੀ ਕਰਾਂ, ਇੱਕ ਅੱਥਰੂ ਪਿੱਛੋਂ ਕਿਸ ਕਿਸ ਕਿਹੜੇ ਕਿਹੜੇ ਅੰਦਰ ਤੂਫਾਨ ਨੇ, ਕਿਹੜੀ ਕਿਹੜੀ ਅੰਦਰ ਗੱਲ ਆ, ਜਿਹਦਾ ਇੱਕ ਅੱਥਰੂ ਜਿਹੜਾ ਇਸ ਔਰਤ ਦਾ ਡਿੱਗਿਆ, ਇਹਦਾ ਕੋਈ ਹਿਸਾਬ ਕਿਤਾਬ ਆਪਾਂ ਕੁਛ ਕਰ ਸਕਦੇ ਹਾਂ? ਇਹਦਾ ਕੋਈ ਸਿਲਸਿਲਾ ਐਸਾ? ਇਮਰਾਨ ਖਾਨ ਸਾਹਿਬ, 12,000 ਰੁਪਇਆ ਤੁਸੀਂ ਦੇ ਰਹੇ, ਜੇ ਤੁਸੀਂ ਕਹਿ ਦਿੱਤਾ ਇਹਨਾਂ ਦੀ ਸਰ ਇਹਨਾਂ ਦੇ ਲੈਵਲ 'ਤੇ ਆਓ, ਇਹਨਾਂ ਦੇ ਸਟੇਟਸ 'ਤੇ ਆਓ, ਟੀਵੀ ਦੇ ਕੋਈ ਐਂਕਰ ਐਸੇ ਪਾਓ, ਕੋਈ ਰੇਡੀਓ 'ਚ ਐਸੇ ਪਾਓ ਜਿਹੜੇ ਠੇਠ ਪੰਜਾਬੀ ਦੇ ਵਿੱਚ ਸਮਝਾਉਣ, ਜਿਵੇਂ ਬੱਚਿਆਂ ਨੂੰ ਸਮਝਾਏ, ਲੋਕ ਪੜ੍ਹੇ ਲਿਖੇ ਨੀਗੇ ਇਹਨਾਂ ਦੇ ਅਗਰ ਇਹ ਰਹਿ ਗਏ ਇਹਨਾਂ ਵਾਸਤੇ ਤਾਂ ਤੁਸੀਂ ਕਰ ਰਹੇ ਜੇ, ਸਾਡੀ ਗੌਰਮੈਂਟ ਇਹਨਾਂ ਵਾਸਤੇ ਤਾਂ ਕਰ ਰਹੀ ਆ। ਲੇਕਿਨ ਹੁਣ ਮੈਸੇਜ ਵਾਸਤੇ ਮੋਬਾਈਲ ਚਾਹੀਦਾ, ਉਹਦੇ 'ਚ ਬੈਲੈਂਸ ਚਾਹੀਦਾ, ਉਹਨੂੰ ਲਿਖਣ ਵਾਸਤੇ ਕੋਈ ਤੁਹਾਨੂੰ ਅਲੀ ਬੇ ਪੇ ਕੋਈ 1-2-3 ਕੋਈ ਤੁਹਾਨੂੰ ਮੈਸੇਜ ਚਾਹੀਦਾ, ਉਸ ਤੋਂ ਬਾਅਦ ਉਹਦੀ ਵਾਪਸੀ ਜਦੋਂ ਰਿਪਲਾਈ ਆਵੇ ਉਹਨੂੰ ਪੜ੍ਹਨ ਵਾਸਤੇ ਤੁਹਾਨੂੰ ਚਾਹੀਦਾ ਇੰਗਲਿਸ਼ 'ਚ, ਉਸ ਤੋਂ ਬਾਅਦ ਜਦੋਂ ਵਾਪਸੀ ਦੂਜਾ ਮੈਸੇਜ ਆਵੇ ਫਿਰ ਪਤਾ ਲੱਗੇ ਵੀ ਹੁਣ ਪੈਸੇ ਲੈਣ ਜਾਣਾ। ਸਰ ਇਹ ਤੁਹਾਡੀ ਅਗਰ ਇੱਕ ਮਿਸਾਲ ਆ, 100% ਸਾਡੇ 100% ਜਿਹੜਾ ਤਬਕਾ ਜਿਹਨਾਂ ਵਾਸਤੇ ਤੁਸੀਂ 12,000 ਦਿੱਤਾ, ਉਹਨਾਂ 'ਚੋਂ 50% ਤਾਂ ਸਾਰੇ ਮੈਸੇਜ 'ਤੇ ਪੜ੍ਹ ਹੀ ਨਹੀਂ ਸਕਦੇ, ਉਹਨਾਂ ਦਾ ਕੀ ਹੱਲ ਕੀਤਾ? ਅੰਮਾ ਜੀ ਜਦੋਂ ਮੈਸੇਜ ਆਉਂਦਾ ਨਾ, ਕੋਈ ਵੀ ਸੁਣ ਲਓ, ਸਾਰੇ ਹੀ ਜਿਹੜੇ ਪੜ੍ਹੇ ਲਿਖੇ ਨਹੀਂ, ਅਗਰ ਤੁਸੀਂ ਮੈਸੇਜ ਕਰਦੇ ਜੇ ਤੁਹਾਨੂੰ ਇੱਕ ਮੈਸੇਜ ਆਉਂਦਾ ਉਦੋਂ ਨਹੀਂ ਜਾਣਾ, ਹਾਂਜੀ, ਦੂਜਾ ਫਿਰ ਇੱਕ ਮੈਸੇਜ ਆਉਂਦਾ। ਪਹਿਲਾ ਮੈਸੇਜ ਤੁਹਾਨੂੰ ਇਸ ਤੋਂ ਆਉਂਦਾ ਕਿ ਤੁਹਾਡੀ ਇੰਟਰਵਿਊ ਹੋ ਗਈ ਆ, ਤੁਹਾਡਾ ਅਸੀਂ ਮਨਜ਼ੂਰ ਕਰ ਲਿਆ ਵਾ, ਇਹ ਤੁਹਾਨੂੰ ਮੈਸੇਜ ਆਉਂਦਾ। ਦੂਆ ਤੁਹਾਨੂੰ ਮੈਸੇਜ ਆਉਂਦਾ ਕਿ ਹੁਣ ਤੁਸੀਂ ਪੈਸੇ ਲਿਆਓ। ਸਮਝ ਆ ਰਹੀ ਗੱਲ? ਹਾਂ, ਇਹ ਉਹਨਾਂ ਕਿਹਾ ਨਾ ਜਾ ਕੇ ਪੈਸੇ ਲਿਆਓ, ਫਿਰ ਉਹਨਾਂ ਕਿਹਾ ਕਿ ਨਹੀਂ ਤੁਸੀਂ, ਮੈਸੇਜ ਆਇਆ ਹੋਣਾ ਉਹਦੇ 'ਚ ਲਿਖਿਆ ਹੋਣਾ ਕਿ ਤੁਹਾਡੇ ਪੈਸੇ ਮਨਜ਼ੂਰ ਹੋ ਗਏ। ਹਾਂਜੀ, ਇਹ ਨਹੀਂ ਉਹਨਾਂ ਨੇ ਕਿਹਾ ਹੋਣਾ ਕਿ ਲਿਆਓ, ਤੁਸੀਂ ਇਹ ਸਮਝਾਉਣਾ ਕਿ ਇਹਨਾਂ ਨੇ ਕਿਹਾ ਸਾਡੇ ਪੈਸੇ ਮਨਜ਼ੂਰ ਹੋ ਗਏ ਤੇ ਅਸੀਂ ਲੈ ਆਈਏ, ਇੱਦਾਂ ਨਹੀਂ ਹੁੰਦਾ। ਪਹਿਲੇ ਮੈਸੇਜ 'ਚ ਆਉਂਦਾ ਕਿ ਤੁਹਾਡਾ ਓਕੇ ਹੋ ਗਿਆ, ਦੂਜੇ ਮੈਸੇਜ 'ਚ ਆਉਂਦਾ ਕਿ ਹੁਣ ਜਾ ਕੇ ਲੈ ਆਓ। ਅੱਛਾ, ਹੁਣ ਤੁਸੀਂ ਮਤਲਬ ਕਿੱਦਾਂ ਤੁਸੀਂ? ਉਹ ਮੈਂ ਪਤਾ ਜੁਮੇ ਬਾਜ਼ਾਰ ਗਈ ਹਾਂ, ਤੂੰ ਅੱਲਾ ਵਾਸਤੇ ਸਬਜ਼ੀ ਲੈ ਕੇ ਆਈ ਹਾਂ ਬੱਚੀਆਂ ਵਾਸਤੇ। ਅੱਛਾ, ਘਰ ਕਿੰਨੇ ਜੀ ਆ ਖਾਣ ਵਾਲੇ? ਘਰ ਮੇਰੇ, ਹਾਂ, ਮੇਰੀਆਂ 3 ਬੇਟੀਆਂ ਨੇ, ਇੱਕ ਮੇਰਾ ਬੇਟਾ ਹੈ। ਇੱਥੇ ਇੱਥੇ ਜਿਹੜੇ ਉਹ ਨਹੀਂ, ਇੱਥੇ ਮੇਰੇ ਕੋਲ ਮੌਜੂਦ ਜਿਹੜੇ ਨੇ। ਕਿੰਨੀਆਂ ਬੇਟੀਆਂ ਤੁਹਾਡੀਆਂ? 5 ਬੇਟੀਆਂ ਨੇ ਕੁੱਲ, 2 ਦੀ ਸ਼ਾਦੀ ਹੋਈ ਹੈ। 2 ਗੁਜਰਾਂ ਵਾਲੇ ਕਿੱਥੇ ਨੇ? ਗੁਜਰਾਂ ਵਾਲੇ ਸਮਨਾਬਾਦ ਚੁੰਗੀ 'ਚ ਰਹਿੰਦੇ। 2 ਗੁਜਰਾਂ ਵਾਲੇ ਨੇ, 3 ਇੱਥੇ ਬੇਟੀਆਂ ਨੇ। ਹਾਂਜੀ, ਮੇਰੇ ਕੋਲ ਇੱਕ ਜ਼ਹਿਨੀ ਮਰੀਜ਼ ਹੈ ਬੇਟੀ। ਹਾਂ, ਤੇ ਬੇਟਾ? ਬੇਟਾ ਮੇਰਾ ਠੀਕ ਹੈ, ਆਪਦੇ ਕੁਰਾਨ, ਇੱਕ ਮੇਰੀ ਬੇਟੀ ਆਪਦੇ ਕੁਰਾਨ। ਚਲੋ ਚਲੋ ਆਓ ਮੇਰੇ ਨਾਲ, ਉਰੇ ਆਓ, ਉਰੇ ਆਓ, ਉਰੇ ਆਓ। ਇਹ ਮਾਣੋ ਉਧਰ ਨਾਲ ਬਿਠਾ ਲਾ, ਉੱਥੇ ਜਾ ਕੇ ਨਾ ਇਹਨਾਂ ਨੂੰ ਰਾਸ਼ਨ ਦੇ ਦੇ, ਜਿਹੜਾ ਚੰਗਾ ਅੱਛਾ ਰਾਸ਼ਨ, ਜਿਹਦੇ ਨਾਲ ਕੋਈ 10-15 ਦੇਣੇ ਇਹਨਾਂ ਨੇ। ਇਹਨਾਂ ਦੇ ਘਰ 6-7 ਜੀ ਨੇ ਖਾਣ ਵਾਲੇ, ਇੱਕ ਜੇ ਛੋਟਾ ਹੋਏਗਾ 2 ਦੇ ਦੀ, ਨਾਲ ਇਹਨਾਂ ਨੂੰ ਸਬਜ਼ੀ ਸੁਬਜ਼ੀ ਸਾਰਾ ਕੁਛ ਲੈ ਕੇ ਤੇ ਇਹਨਾਂ ਨੂੰ ਦੇ। ਠੀਕ ਆ, ਉੱਧਰ ਬੈਠੋ ਮਾਂ ਜੀ, ਉੱਧਰ ਬੈਠੋ, ਅਤੇ ਇਹਨਾਂ ਨੂੰ ਕਿਸੇ ਰਕਸ਼ੇ 'ਚ ਜਾਂ ਇੱਦਾਂ ਕਿਸੇ ਚੀਜ਼ 'ਚ ਬਿਠਾਉਣਾ ਹੀ ਘਰ ਜਾਣਾ। ਠੀਕ ਆ, ਕਿਸੇ ਦਾ ਕੋਈ ਨੰਬਰ ਹੈਗਾ, ਮੋਬਾਈਲ ਨੰਬਰ ਕਿਸੇ ਦਾ ਕੋਈ? ਮੇਰਾ ਨੰਬਰ ਦੇਣਾ ਆਪਣਾ, ਤੇ ਜਦੋਂ ਮੁੱਕ ਜਾਣਾ ਤੇ ਤੁਸੀਂ ਉਸ ਨੰਬਰ ਤੇ ਫੋਨ ਕਰ ਦੇਣਾ। ਤੇ ਮੈਂ ਕੋਈ ਜ਼ਕਾਤ ਖਰਾਤ ਨਹੀਂ ਦੇ ਰਿਹਾ, ਤੂੰ ਮੇਰੀ ਮਾਂ ਵਾ, ਤੂੰ ਮੈਂ ਪੁੱਤ ਬਣ ਕੇ ਦੇ ਰਿਹਾ। ਸਮਝ ਆ ਰਹੀ? ਅੱਲਾ ਤੈਨੂੰ ਸੁੱਖ ਦੇ, ਕੀ ਭਲਾ ਪੁੱਤਰ ਮੇਰਾ, ਕੀ ਬਣ ਕੇ ਦੇ ਰਿਹਾ? ਪੁੱਤਰ ਬਣ ਕੇ ਇਨਸ਼ਾ ਅੱਲਾ, ਮੈਂ ਗਰੀਬ ਸਮਝ ਕੇ ਨਹੀਂ ਦੇ ਰਿਹਾ। ਅੱਲਾ ਤੇਰੀ ਜ਼ਿੰਦਗੀ ਕਰੇ, ਤੂੰ ਜਿਹੜੇ ਨਾ ਮੇਰੇ ਦਿਲ ਤੇ, ਅੱਲਾ ਤੇਰੀ ਜ਼ਿੰਦਗੀ ਕਰੇ, ਅੱਲਾ ਤੇਰੇ ਬੱਚਿਆਂ ਦੀ, ਤੂੰ ਮੇਰਾ ਪੁੱਤਰ ਆ, ਮੈਂ ਤੇਰਾ ਪੁੱਤਰ ਬਣ ਕੇ ਦੇ ਰਿਹਾ ਇਨਸ਼ਾ ਅੱਲਾ, ਮੈਂ ਤੇਰੀ ਮਾਂ। ਜਿਹੜੀ ਜ਼ਿੰਦਗੀ ਆ, ਜਦੋਂ ਤੇਰਾ ਦਿਲ ਕਰੇ ਤੂੰ ਆਪਣੇ ਪੁੱਤਰ ਨੂੰ ਫੋਨ ਕਰ ਲੈਣਾ ਇਨਸ਼ਾ ਅੱਲਾ। ਠੀਕ ਹੈ, ਰੋਣਾ ਨਹੀਂ ਅੱਜ ਤੋਂ ਬਾਅਦ, ਠੀਕ, ਤੂੰ ਸਮਝ ਕੇ ਤੇਰਾ ਪੁੱਤਰ ਹੈਗਾ, ਮੈਨੂੰ ਰੱਬ ਦੇਗਾ ਤੇਰੇ ਹਿੱਸੇ ਦਾ ਇਨਸ਼ਾ ਅੱਲਾ। ਅੱਜ ਤੋਂ ਬਾਅਦ ਅੱਥਰੂ ਨਹੀਂ ਰੋਣੇ, ਜਦੋਂ ਯਾਰ ਆਵੇ ਮੈਨੂੰ
फोन कर लेना इंशाल्लाह तेरी अल्लाह जिंदगी करे। आ मैं आखिरी अथरू साफ करता हूं रो रहा अल्लाह तेरे बच्चे की जिंदगी करे मैं जान लेना अल्लाह तेरी जिंदगी करे अल्लाह ठीक है। चलो चलो जाओ बैठो गड्डी से चला यार। मास किथे आ मास नमाज पढ़ के आया ना ते मैं वैसे ही निकलिया नमाज पढ़ के नमाज पढ़ के निकलिया मास्क कितने ओ इस तरह लपेटे नहीं है मास्क वो घर पिया है नमाज मैं वजू करके बजे घर पिया घर पिया है इथे मेरा काउंटर हुंदा चलो वजू टाइम नमाज टाइम कोई बाद चो पा लांगे मैनू लगता तू इसे चक्कर च नहीं पा के आंदा कि तेनू एक एक सारे दई जांदे रात नू तू सत्तर असी कट्ठे कर लैना नहीं मैं इत्थे हुण ही खिच ऑर्डर लाया अरे कित्थे कन्न तेरा पिछले चौक चा एडा ही खिची जांदा नू इहनू थल्ले कर इत्थों ठीक हो गए ए ए ए ओके okay? मास्क भी पा के रखना मेरी गल पता की गल दिन ब दिन ना जो जो टाइम लगी जाना आप ईजी हो जाने ठीक हो गया लेकिन ये खुदा ना खासा ये लहर आ गई ना ठीक है ते तेरी मेहरबानी हाँ जी 11 और रखे है राजवंश बंदे बारो जड़े आए आए ने ना हाँ मैं इंसान को मैं दोनों हाथ कर दिया एक हाथ नहीं होंगे मैं 25-30 साल हो गया मैं कभी एक हाथ नहीं किया दोनों हाथ करता वाह ਹੋਰ ਹੈ ਕਿਹਦੇ ਨਾਲ ਦੀ ਕਿੱਥੇ ਹੈ ਮਿੱਠੇ ਆ ਫੜ ਆ ਮੈਨੂੰ ਦੇ ਦੇਣਾ ਚਲ ਆ ਮੈਨੂੰ ਥੋੜੀ ਲੰਮੀ ਨਹੀਂ ਹੈਗੀ ਜਿਹੜੀ ਉਹਦੇ ਮੂੰਹ ਤੱਕ ਪਹੁੰਚ ਜਾਏ ਤਲਵਾਰ ਜਾਲੇ ਲਾਉਣੇ ਅੱਛਾ ਜੀ ਚਾਚਾ ਜੀ ਕੋਲ ਇੱਥੇ ਇੱਕ ਮਾੜਾ ਬੰਦਾ ਉੱਥੇ ਵਿਚਾਰਾ ਬੈਠਾ ਕੋਈ 100-200-300-400 ਰੁਪਏ ਹੈਗਾ ਤੁਹਾਡੇ ਕੋਲ ਦੇਣ ਲਈ ਮੇਰੇ ਕੋਲ 100 ਰੁਪਏ ਇਸ ਵੇਲੇ ਦੇ ਦੇਣਾ ਦੇ ਦਈਏ 100 ਰੁਪਏ ਦੇ ਦਈਏ ਲੈ ਉੱਥੇ ਗਰੀਬ ਆਦਮੀ ਸਾਡੇ ਤੋਂ ਵੀ ਗਰੀਬ ਆਦਮੀ ਬੈਠਾ ਯਾਰ ਜੀ ਹੈ ਚਾਚਾ ਆ ਫੜ ਇਹ ਕਿੰਨੇ ਦੀ ਤਲਵਾਰ ਆ 200 ਰੁਪਏ ਦੀ 200 ਦੀ ਹਾਂਜੀ ਕੋ 40 ਦੇ ਦੇ ਜਿੰਨੇ ਨਾਲ ਪਹਿਲੇ ਬੰਦੇ ਬੁੰਦੇ ਮਰੇ ਹੋਣ ਹਾਂਜੀ ਜੰਗਾ ਹਰਾਉਣ ਵਾਲੀ ਤਲਵਾਰ ਆ ਇਹ ਐ ਮੈਂ ਇਸ ਤੋਂ ਦੇ ਰਿਹਾ ਕਿ ਤੂੰ 100 ਕੱਢ ਕੇ ਦੇਤਾ ਉਸ ਮਾੜੇ ਬੰਦੇ ਵਾਸਤੇ ਦੇਤਾ ਮਾੜਾ ਉੱਥੇ ਬੰਦਾ ਕੋਈ ਨਹੀਂ ਹੈਗਾ ਐ ਫੜ ਉਹ ਰਹਿਮਤ ਤੋਂ ਇਹ ਉਹਨੇ ਦਿੱਤੇ ਮੈਂ ਨਹੀਂ ਦੇ ਰਿਹਾ ਉਹਨੇ ਦਿੱਤੇ ਤੁਹਾਡੀ ਉਮਰ ਕਿੰਨੀ ਆ ਮੇਰੀ 65 ਸਾਲ ਬਾ ਫੇਰ ਤੂੰ ਮੇਰਾ ਚਾਚਾ ਲੱਗਦਾ ਵਾ ਕਿਉਂਕਿ ਮੈਂ ਅਕਸਰ ਲੋਕਾਂ ਨੂੰ ਕਹਿੰਦਾ ਨਾ ਚਾਚਾ ਜੀ ਉਹ ਕਹਿੰਦੇ ਹੋ ਮਰੇ ਤੂੰ ਸਾਡੇ ਜਿੱਡਾ ਸਾਨੂੰ ਚਾਚਾ ਕਹੀ ਜਾਂਦਾ ਇਹ ਜੇਬ 'ਚ ਪਾਓ ਤੇ ਮਾਸਕ ਲੈ ਮਾਸਕ ਪਾ ਕੇ ਫਿਰੋ ਮਾਸਕ ਕਦੀ ਪਾਇਆ ਨਹੀਂਗਾ ਮੇਰੇ ਜੀ ਇਹ ਜਿਆਦੀ ਦੇਖੋ ਹੁਣ ਇਹ ਜਿਆਦੀ अच्छा मैं क्या मास्क पाया कहते आहो मैं कितने कहते जेब मास्क पाया जेब पाया चलो ए ना ये ना तो सह घुटना ही है वो मास्क दे दूजा उरे दे आ पाओ आ पाओ ये सह नहीं रुकेगा ठीक है सह लवो ना रुकेगा नहीं नहीं रुकना ठीक है समझ आ रही रोज लंघने जो तो पुराना हो जाए ना मेडिकल स्टोर को ले लेना इतने विकास मुंडा होंगे ठीक इन कहना जानी भाई ने भेजे एक मास्क दे दे नवा अगर ये खराब हो जाए ठीक है ठीक चलो तलवार ले लो मेरे को चंगा तलवार ले लो ओके
ਤੁਸੀਂ ਕਿੱਦਾਂ ਹਟਣਾ ਮੈਨੂੰ ਇੱਕ ਵਾਰੀ ਦੱਸ ਦਿਓ। ਕਿਸੇ ਕੀ ਫੁੱਫੀ ਘਰ ਆ ਰਹੀ ਹੈ, ਕੋਈ ਮਾਸੀ ਕੀ ਤਰਫ ਜਾ ਰਿਹਾ। ਸ਼ਾਬਾਸ਼, ਬਹੁਤ ਅੱਛੇ। ਫੇਲ ਲੋਕ ਡਾਊਨ। ਅਬ ਮੈਨੇ ਫੈਸਲਾ ਕੀਆ, ਹਰ ਘਰ ਕੋ ਏਕ ਅਦਦ ਲੁੱਡੋ ਦੇ ਦੂੰ, ਤਾਂ ਕਿ ਵੋ ਅੰਦਰ ਬੈਠਾ ਖੇਲਤਾ ਰਹੇ। ਅੱਜ ਕੱਲ ਇੱਕ ਔਰ ਕਾਮ ਸ਼ੁਰੂ ਹੋ ਗਿਆ, ਪੁਰਾਣੀ ਬੁਨਿਆਨ ਕੋ ਕਾਟ ਕੇ ਮਾਸਕ ਬਣਾਏ ਜਾ ਰਹੇ ਹੈ। ਸਾਂਡੂਓ ਔਰ ਸਾਲੀਓ ਕੀ ਦਾਵਤੇ ਚੱਲ ਰਹੀ ਹੈ। ਮੌਲਾ ਨੇ ਲੈਣਾ। ਸਰ ਆਪਨੇ ਮਾਸਕ ਕਿਉਂ ਨਹੀਂ ਪਹਿਨਾ? ਮੇਰਾ ਦਮ ਘੁੱਟ ਜਾਤਾ ਹੈ। ਬਹੁਤ ਅੱਛੇ। ਕਰੋਨਾ ਕੋ ਪਤਾ ਹੈ ਕਿ ਇਮਰਾਨ ਖਾਨ ਸੇ 3 ਫੁੱਟ ਕਾ ਫਾਸਲਾ ਰੱਖਣਾ। ਇਸ ਕਰੋਨਾ ਕੋ ਮੈਨੇ ਲਾੜਕਾਨਾ ਕੀ ਸੜਕੋਂ ਪੇ ਨਾਨਾ ਘਸੀਟਾ, ਤੋ ਮੇਰਾ ਨਾਮ ਇਮਰਾਨ ਖਾਨ ਸੇ ਹਟਾ ਕੇ ਇਫਤਖਾਰ ਅਨਸਾਰੀ ਰੱਖ ਦੇਣਾ। ਕਿਤਨਾ ਮੈਨੇ ਕਹਾ ਹੈ ਕਿ ਆਪਣੇ ਘਰੋਂ ਮੇ ਰਹੇ, ਮਗਰ ਐਸੀ ਢੀਠ ਹੱਡੀ ਆਵਾਮ ਹੈ, ਨਹੀਂ ਬਾਜ਼ ਆਤੀ। ਹਾਥੋਂ ਪੇ ਵੋ ਬਿਲਕੁਲ ਨਹੀਂ ਲਗਾਤੀ, ਉਹ ਕਿਆ ਕਹਤੇ ਉਸਕੋ, ਸੈਨੀਟਾਈਜ਼ਰ। ਹਾਂ ਵੋਹੀ। ਮੁਝੇ ਲਗਤਾ ਹੈ ਮੈਂ ਗਲਤ ਟਾਈਮ ਪੇ ਵਜ਼ੀਰ ਆਜ਼ਮ ਬਣ ਗਿਆ। ਕਿਉਂ ਸਰ, ਕਿਉਂ? ਕਿਉਂ ਨਹੀਂ, ਨਹੀਂ ਆਪ ਬਹੁਤ ਅੱਛੇ ਇਨਸਾਨ ਹੈ। ਸਾਰੀ ਟੈਨਸ਼ਨ ਹੈ ਮੇਰੇ ਲਈ। ਨਹੀਂ ਨਹੀਂ ਸਰ, ਆਪ ਹਮਾਰੇ ਹੀਰੋ ਹੈ। ਸ਼ਾਦੀ ਵਾਲੀ ਫਿਲਮ ਕਾ ਚਾਹਨਾ ਕਿ ਮੈਂ ਸਦਕੇ ਜਾਊਂ ਔਰ ਉਸਕੀ ਵਾਮ ਕੇ, ਏਕ ਮਿਨਟ ਮੈਂ ਵੋ ਬਾਤ ਸਮਝ ਜਾਤੀ ਹੈ ਔਰ ਮੈਂ ਕੌਮ ਕੋ ਸਮਝਾ ਸਮਝਾ ਕੇ ਪਾਗਲ ਹੋ ਗਿਆ ਹੂੰ। ਐਵੇਂ ਬਸ ਨਾਮ ਕਾ ਹੀ ਵਜ਼ੀਰ ਆਜ਼ਮ ਬਣਾਇਆ ਮੁਝੇ। ਜਿਸ ਕੋ ਦੇਖੋ, ਕੋਈ ਇੱਧਰ ਚੌਕ ਮੈਂ ਖੜਾ, ਕੋਈ ਗਲੀ ਮੈਂ ਖੜਾ, ਕੋਈ ਇੱਧਰ। ਅਬ ਮੇਰੀ ਬਾਤ ਸੁਣ ਲੈ, ਘਰੋਂ ਮੈਂ ਬੈਠ ਜਾਓ, ਕਰੋਨਾ ਕੇ ਬਾਅਦ ਮੈਂ ਖੁਦ ਸਭ ਕੋ ਨਰਾਨ ਕਗਾਨ ਲੈ ਕੇ ਜਾਊਂਗਾ। ਕਰੋ ਜੀ ਜਿੱਦਾਂ ਮਰਜ਼ੀ, ਜੋ ਮਰਜ਼ੀ ਸਵਾਲ ਕਰੇ, ਮੁਝੇ ਕੋਈ ਟੈਨਸ਼ਨ ਨਹੀਂ ਹੈ, ਜੋ ਮਰਜ਼ੀ ਪੁੱਛ ਲੈ। ਅਜੀ ਸਰ ਜੀ, ਪਹਿਲੇ ਮੈਂ ਪੁੱਛਦਾ ਹੂੰ, ਆਪ ਪੇ ਬੜਾ ਇਲਜ਼ਾਮ ਲਗਾ ਕਿ ਚੀਨੀ ਮੈਂ ਆਪਣੇ ਬੜਾ ਘਪਲਾ ਕੀਆ, ਆਪਕੋ ਸਬਸਿਡੀ ਮਿਲੀ ਹੈ, ਆਪਨੇ ਸਭ ਜੋ ਹੈ ਆਪਣੀ ਸਿਟੀ ਮੇ ਇੰਤਜ਼ਾਮ ਕਰ ਲਿਆ। ਠੀਕ ਹੈ, ਮੈਂ ਬਤਾਤਾ ਹੂੰ, ਅਬ ਮੇਰੀ ਬਾਤ ਜੋ ਹੈ ਨਾ ਜ਼ਰਾ ਗੌਰ ਸੇ ਸੁਣਨੀ ਹੈ, ਬੀਚ ਮੈਂ ਬਿਲਕੁਲ ਕਿਸੀ ਨੇ ਨਹੀਂ ਬੋਲਣਾ, ਕਿਉਂਕਿ ਬਾਅਦ ਮੇ ਮੈਂ ਇੱਧਰ ਹੀ ਹੂੰ, ਬਾਅਦ ਮੇ ਜੋ ਮਰਜ਼ੀ ਮੁਝਸੇ ਪੁੱਛ ਲੈਣਾ, ਲੇਕਿਨ ਜਬ ਮੈਂ ਬਾਤ ਕਰ ਰਹਾ ਹੂੰ ਤਾਂ ਮੁਝੇ ਡਿਸਟਰਬ ਬਿਲਕੁਲ ਨਹੀਂ ਕਰਨਾ। ਅਕਸਰ ਜਗ੍ਹਾ ਪੇ ਐਸੇ ਹੋਤਾ ਹੈ ਕਿ ਬਾਤ ਮੈਂ ਸ਼ੁਰੂ ਕਰ ਲੇਤਾ ਹੂੰ, ਲੇਕਿਨ ਟੀਵੀ ਵਾਲੇ ਇਸ ਤਰ੍ਹਾਂ ਜੋ ਹੈ ਫਿਰ ਬਾਤ ਪੂਰੀ ਨਹੀਂ ਹੋਤੀ। ਨਹੀਂ ਨਹੀਂ, ਇੱਕ ਮਿੰਟ, ਬੀਚ ਮੇ ਸਭ ਕੋ ਕਸਮ ਹੈ, ਕੋਈ ਬੀਚ ਮੇ ਨਾ ਬੋਲੇ ਸਰ, ਕੋਈ ਬੀਚ ਮੇ ਨਹੀਂ ਬੋਲੇਗਾ। ਆਪ ਬਾਤ ਕਰੇ, ਜਿਤਨੀ ਮਰਜ਼ੀ ਲੰਬੀ ਬਾਤ ਕਰੇ, ਹਮੇ ਚੀਨੀ ਕੇ ਬਾਰੇ ਮੇ ਜਵਾਬ ਚਾਹੀਏ। ਆਪਨੇ ਜੋ ਚੀਨੀ ਕਾ ਆਪ ਪੇ ਇਲਜ਼ਾਮ ਲਗਾਇਆ, ਤਾਂ ਵੋ ਉਸਕੇ ਬਾਰੇ ਮੇ ਹਮੇ ਕੁਛ ਬਤਾਏ। ਚੀਨੀ ਕਾ ਜੋ ਦੇਖੋ, ਚੀਨੀ ਕਾ ਭਾਈ ਮੈਂ ਬਾਤ ਸ਼ੁਰੂ ਕਰਨੇ ਲਗਾ ਤਾਂ ਬੀਚ ਮੇ ਫਿਰ ਲੋਕੋ ਨੇ ਜਿਹੜਾ ਖੱਪ ਡਾਲ ਦੀ, ਇਸ ਤਰ੍ਹਾਂ ਤੋਂ ਫਿਰ ਮਜ਼ਾ ਨਹੀਂ ਨਾ ਆਤਾ ਬਾਤ ਕਾ। ਦੇਖੋ ਮਤਲਬ ਸਾਰੀ ਜ਼ਿੰਦਗੀ ਗੁਜ਼ਰ ਗਈ ਹੈ, ਮੈਨੇ ਧੂਪ ਮੇ ਬਾਲ ਸਫੇਦ ਕੀ ਹੈ, ਕੋਈ ਮਜ਼ਾਕ ਨਹੀਂ ਹੈ। ਦੂਸਰੀ ਬਾਤ ਕਿ ਜੋ ਮੈਨੇ ਚੀਨੀ ਆਪਣਾ ਕਹਤੇ ਹੈ ਕਿ ਜੀ ਮਹਿੰਗੀ ਵੇਚੀ ਹੈ, ਵੋ ਦਰਅਸਲ ਹਮਾਰੀ ਕੌਮ ਜੋ ਹੈ ਯੇ ਚੀਜ਼ੇ ਜ਼ਾਇਆ ਬਹੁਤ ਕਰਤੀ, ਮੈਨੇ ਥੋੜੀ ਸੀ ਮਹਿੰਗੀ ਇਸ ਲਈ ਕੀ ਕਿ ਇਨਕੋ ਕਦਰ ਹੋ ਕੇ ਚੀਨੀ ਕਿਹਾ ਹੈ। ਸਰ ਯੇ ਬਤਾਏ ਕਿ ਆਪਕੋ ਇਮਰਾਨ ਖਾਨ ਸਾਹਿਬ ਪੇ ਗੁੱਸਾ ਹੋਗਾ ਥੋੜਾ ਸਾ ਕਿ ਉਨ੍ਹਾਂ ਨੇ ਆਪਕੇ ਸਾਥ ਐਸੇ ਕੀਆ? ਦੁਨੀਆ ਕੀ ਸਭਸੇ ਬੜੀ ਬੇਵਕੂਫੀ ਹੈ ਇਮਰਾਨ ਖਾਨ ਸਾਹਿਬ ਕੀ ਕਿਸੀ ਬਾਤ ਪੇ ਗੁੱਸਾ ਕਰਨਾ। ਜ਼ਿੱਦੀ ਬੱਚੇ ਜੈਸਾ ਹਾਲ ਹੈ ਉਨਕਾ, 200 ਸਾਲ देखे सर, मैं जरा थोड़ा सा मतलब है सीनियर साफी हूँ, मेरे से बात क्लियर करनी है, सुकून से मुझे बताना है, क्योंकि मेरी बहुत इज्जत है, मैं एक बहुत बड़ा साफी हूँ, तो बताएं लिहाजा। के अस्सलाम वालेकुम। बात जो ये है, चीनी की जो सब्सिडी है, ये मैंने कोई अकेले में घर बैठे फैसला नहीं किया। मैंने पहले सोचा कि इमरान खान साहब से जाके पूछूं। मैंने 350 रुपये रिक्शे वाले को अपने घर का इमरान खान साहब के घर में दिया। वो वहाँ पे जब मैं पहुँचा तो पता चला कि इमरान खान साहब जो हैं वो कहीं और गए हुए हैं। फिर मैंने रिक्शे वाले को मनाया कि यार चलो 100 ज़्यादा ले लेना, फलां जगह पे जाना है। रिक्शे वाले ने कहा कि भाई जान मेरी गैस थोड़ी है। मैंने कहा यार इधर उधर से ढूंढ के कहीं से डलवा लेते। फिर हमने गैस उधर से डलवाई है। फिर मैं 2-3 लोगों के और उसी रिक्शे में घर गया हूँ। यानी कि जब मैं सब्सिडी का सबसे पूछ के इजाज़त लेके वापस आया हूँ ना जी, तो मैंने अपनी घड़ी दी है और साथ में 650 रुपया जो है वो रिक्शे वाले को मैंने दिया है। कभी इधर कभी उधर, कभी आर कभी पार, कभी तीरे नज़र, मतलब मैं, आप यकीन करें, मेरा अकेले का फैसला नहीं था सब्सिडी चीनी में देना। कोई तकरीबन आप यकीन करें कि कोई मेरे फ़ोन में कोई 300-400 रुपया जो बैलेंस था, मैंने सारा वो फ़ोन कर करके ये चीनी की सब्सिडी में उड़ा दिया। मैंने कहा कौम से अच्छी क्या चीज़ है, मतलब मुल्क को अगर मेरे 300 रुपये बैलेंस की आज ज़रूरत पड़ गई है तो मैं बिल्कुल दरेग नहीं करूँगा। मैंने कालें कर ख़त्म कर दिया।